हां ਤਾਂ ਪਿਆਰੇ ਬੱਚਿਓ ਸਾਲ 2017 ਦੇ ਵਿੱਚ ਜਿਹੜੀ ਨਵੋਦਿਆ ਦਾਖਲਾ ਪਿੱਖਿਆ ਹੋਈ ਸੀ ਬੇਟਾ ਆਪਾਂ ਉਹਦਾ ਮਾਨਸਿਕ ਯੋਗਤਾ ਦਾ ਜਿਹੜਾ ਪੇਪਰ ਆ ਉਹ ਹੱਲ ਕਰਦੇ ਪਏ ਆ ਤਾਂ ਆਪਾਂ ਬੇਟਾ 6 ਨੰਬਰ ਭਾਗ ਦੇ ਉੱਤੇ ਪਹੁੰਚੇ ਹੋਏ ਆ ਠੀਕ ਆ 5-5 ਸਵਾਲਾਂ ਦਾ ਸੈੱਟ ਦਿੱਤਾ ਹੋਇਆ ਤਾਂ ਆਪਾਂ ਨਿਰਦੇਸ਼ ਪੜਾਂਗੇ ਇਹ ਕਹਿੰਦਾ 26 ਤੋਂ 30 ਤੱਕ ਦੇ ਪ੍ਰਸ਼ਨਾਂ ਵਿੱਚ ਪ੍ਰਸ਼ਨ ਚਿੱਤਰ ਦੇ ਖੱਬੇ ਪਾਸੇ ਜਿਵੇਂ ਦਰਸਾਇਆ ਗਿਆ ਹੈ ਇੱਕ ਕਾਗਜ਼ ਦੇ ਟੁਕੜੇ ਨੂੰ 모ੜਿਆ ਤੇ ਪੰਚ ਕੀਤਾ ਗਿਆ ਹੈ ਅਤੇ ਸੱਜੇ ਪਾਸੇ ਉੱਤਰ ਚਿੱਤਰ 1 2 3 ਤੇ 4 ਨੰਬਰਾਂ ਵਾਲੇ ਦਿੱਤੇ ਗਏ ਹਨ ਉਸ ਉੱਤਰ ਚਿੱਤਰ ਨੂੰ ਚੁਣੋ ਜਿਹੜਾ ਸੰਕੇਤ ਕਰੇ ਕਿ ਜਦ 모ੜਿਆ ਕਾਗਜ਼ ਖੋਲ੍ਹਿਆ ਜਾਵੇਗਾ ਤਾਂ ਕੈਸਾ ਦਿਖੇਗਾ ਆਪਣੇ ਉੱਤਰ ਨੂੰ ਉੱਤਰ ਚਿੱਤਰਾਂ ਚਿੱਤਰ ਦੇ ਨੰਬਰ ਰਾਹੀਂ ਪੇਸ਼ ਕਰੋ ਸਹੀ ਉੱਤਰ ਚੁਣ ਕੇ ਉੱਤਰ ਪੁਸਤਕਾ ਵਿੱਚ ਸੰਬੰਧਤ ਪ੍ਰਸ਼ਨ ਦੇ ਸਾਹਮਣੇ ਦਿੱਤੇ ਡੱਬੇ ਵਿੱਚ ਅੰਗਰੇਜ਼ੀ ਅੰਕ ਵਿੱਚ ਲਿਖੋ ਤਾਂ ਬੇਟਾ ਇਹ ਤੁਹਾਨੂੰ ਦੱਸਿਆ ਹੋਇਆ ਵੀ ਹਰ ਸਾਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਪ੍ਰੈਸ਼ਨ ਆਉਂਦੇ ਆ ਠੀਕ ਆ ਮੈਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਬੇਟਾ ਵੀ ਜੇ ਹਰ ਸਾਲ ਆਉਂਦੇ ਪੇਪਰ ਕਟਿੰਗ ਵਾਲੇ 26 ਨੰਬਰ ਸਵਾਲ ਆ ਤੇ ਆਪਾਂ ਬੇਟਾ ਧਿਆਨ ਦੇ ਨਾਲ ਦੇਖਾਂਗੇ ਵੀ ਪੇਪਰ ਕੱਟ ਕੇ ਕਿਵੇਂ ਦਾ ਲੱਗਦਾ ਆ 26 ਨੰਬਰ ਸਵਾਲ ਦੇ ਵਿੱਚ ਬੇਟਾ ਆ ਪੇਪਰ ਫੋਲਡ ਦਿੱਤਾ ਹੋਇਆ ਇੰਨੇ ਠੀਕ ਆ ਤਾਂ ਪੇਪਰ ਫੋਲਡ ਜਿਸ ਤਰ੍ਹਾਂ ਇਨੇ ਦਿੱਤਾ ਬੇਟਾ ਉਸੇ ਤਰ੍ਹਾਂ ਆਪਾਂ ਪੇਪਰ ਫੋਲਡ ਕਰ ਲਿਆ ਆ ਦੇਖੋ ਪਹਿਲਾ ਫੋਲਡ ਆ ਜਿਹੜਾ ਪਹਿਲਾ ਫੋਲਡ ਬੇਟਾ ਇਦਾਂ ਕੀਤਾ ਹੋਇਆ ਇਨੇ ਠੀਕ ਐ ਫੇਰ ਦੂਜਾ ਫੋਲਡ ਇਨੇ ਐਰੋ ਦਿੱਤਾ ਵੀ ਇਧਰ ਨੂੰ ਕਰ ਲਿਆ ਠੀਕ ਐ ਫੇਰ ਐਰੋ ਦਿੱਤਾ ਫੇਰ ਐਰੋ ਦਿੱਤਾ ਤਾਂ ਇਨੇ ਤੀਜਾ ਫੋਲਡ ਇੰਜ ਕਰ ਲਿਆ ਠੀਕ ਐ ਫੇਰ ਇਨੇ ਉੱਤੇ ਬੇਟਾ ਇੱਕ ਜ਼ੀਰੋ ਕੱਟੀ ਹੋਈ ਆ ਦੇਖੋ ਬਿਲਕੁਲ ਉਸੇ ਤਰ੍ਹਾਂ ਆਪਾਂ ਕੱਟ ਲਈ ਠੀਕ ਐ ਹੁਣ ਇਹ ਕਹਿੰਦਾ ਵੀ ਪੇਪਰ ਖੋਲ ਕੇ ਕਿਵੇਂ ਦਾ ਲੱਗਦਾ ਤਾਂ ਬੇਟਾ ਉਸੇ ਤਰ੍ਹਾਂ ਹੀ ਅਸੀਂ ਇਹਨੂੰ ਖੋਲ ਲੈਣਾ ਇੱਕ ਅਡੁੱਟਰ ਰਹਾ ਕੋਲੂਗੀਆਂ ਤੇ ਆ ਬੇਟਾ ਖੋਲ ਕੇ ਆ ਦੇਖੋ ਚਾਰ ਬਿੰਦੀਆਂ ਉੱਪਰ ਤੇ ਚਾਰ ਬਿੰਦੀਆਂ ਥੱਲੇ ਬਣਦੀਆਂ ਪਈਆਂ ਤੇ ਬੇਟਾ ਆਲਟਰਨੇਟਿਵ ਆਨਸਰ ਦੇ ਵਿੱਚ ਆਪਾਂ ਦੇਖਦੇ ਪਏ ਆ ਆਲਟਰਨੇਟਿਵ ਆਨਸਰ 'ਚ ਦੇਖਾਂਗੇ ਇਹ ਚਾਰ-ਚਾਰ ਬਿੰਦੀਆਂ ਕਿੱਥੇ ਬਣਦੀਆਂ ਪਈਆਂ ਆ ਤੇ ਬੇਟਾ ਆ ਦੇਖੋ 2 ਨੰਬਰ ਆਲਟਰਨੇਟਿਵ ਆਨਸਰ ਨੂੰ ਧਿਆਨ ਨਾਲ ਦੇਖੋ ਬੇਟਾ ਚਾਰ ਬਿੰਦੀਆਂ ਉੱਤੇ ਕਟਿੰਗ ਵਾਲੀਆਂ ਤੇ ਚਾਰ ਮੋਰੀਆਂ ਥੱਲੇ ਬਣਦੀਆਂ ਪਈਆਂ ਇਸ ਕਰਕੇ 2 ਨੰਬਰ ਆਲਟਰਨੇਟਿਵ ਆਨਸਰ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟੈਕ ਕਰ ਦਵਾਂਗੇ ਠੀਕ ਆ ਬੇਟਾ ਇਸੇ ਤਰ੍ਹਾਂ ਬੇਟਾ ਅੱਗੇ ਆ ਗਿਆ ਸਵਾਲ ਨੰਬਰ 27 ਤਾਂ ਬੇਟਾ ਸਵਾਲ ਨੰਬਰ 27 ਦੇ ਵਿੱਚ ਦੇਖੋ ਕੀ ਕਹਿੰਦਾ ਪਿਆ ਕਹਿੰਦਾ ਪੇਪਰ ਨੂੰ ਫੋਲਡ ਦਿੱਤਾ ਗਿਆ ਪੇਪਰ ਨੂੰ ਫੋਲਡ ਦੇ ਕੇ ਬੇਟਾ ਫਿਰ ਦੂਜੇ ਪਾਸੇ ਇਹ ਪਹਿਲਾਂ ਐਸ ਲੋਟ ਫੋਲਡ ਫਿਰ ਐਸ ਲੋਟ ਫੋਲਡ ਦਿੱਤਾ ਗਿਆ ਠੀਕ ਹੈ ਐਸ ਲੋਟ ਫੋਲਡ ਦੇ ਕੇ ਬੇਟਾ ਤੇ ਇਸ ਤਰ੍ਹਾਂ ਕਰਕੇ ਜਿਹੜਾ ਪੇਪਰ ਦੀ ਕਟਿੰਗ ਆ ਉਹ ਕਰ ਦਿੱਤੀ ਗਈ ਆ ਦੇਖੋ ਇਸੇ ਤਰ੍ਹਾਂ ਹੀ ਦਿਖਦਾ ਪਿਆ ਬੇਟਾ ਟੇਡਾ ਠੀਕ ਹੈ ਤਾਂ ਆ ਬੇਟਾ ਉਸੇ ਤਰ੍ਹਾਂ ਹੀ ਕਟਿੰਗ ਕਰ ਦਿੱਤੀ ਗਈ ਉਸ ਪ੍ਰੋਪਰ ਫੋਲਡ ਦੇ ਕੇ ਫਿਰ ਇਹ ਕਹਿੰਦਾ ਜਦੋਂ ਇਹਨੂੰ ਪੇਪਰ ਨੂੰ ਖੋਲਾਂਗੇ ਤਾਂ ਇਹ ਪੇਪਰ ਕਿਸ ਤਰ੍ਹਾਂ ਦਾ ਦਿਖੂਗਾ ਤਾਂ ਬੇਟਾ ਆ ਦੇਖੋ ਇਸ ਤਰ੍ਹਾਂ ਦਾ ਫੁੱਲ ਟਾਈਪ ਪੇਪਰ ਆ ਇਹ ਬਣ ਜਾਂਦਾ ਤਾਂ ਆ ਚਾਰ ਨੰਬਰ ਆਲਟਰਨੇਟਿਵ ਨੂੰ ਜਦੋਂ ਅਸੀਂ ਧਿਆਨ ਨਾ ਦੇਖਦੇ ਤਾਂ ਬਿਲਕੁਲ ਇਦਾਂ ਦੀ ਕਟਿੰਗ ਬਣਦੀ ਪਈ ਆ ਇਸ ਕਰਕੇ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਤਾਂ ਬੇਟਾ ਇਹ ਜ਼ਰੂਰੀ ਆ ਪੇਪਰ ਕਟਿੰਗ ਨੂੰ ਧਿਆਨ ਦੇ ਵਿੱਚ ਰੱਖਣਾ ਤੁਸੀਂ ਆਪਣੇ ਘਰੇ ਪੇਪਰ ਕੱਟ ਕੇ ਦੇਖ ਲੈਣਾ ਵੀ ਕਿਵੇਂ ਫੋਲਡ ਬਣਦੇ ਪਏ ਆ ਇਹਦੇ ਠੀਕ ਆ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਸਵਾਲ ਨੰਬਰ 28 ਦੇ ਵਿੱਚ ਵੀ ਬੇਟਾ ਇਸੇ ਤਰ੍ਹਾਂ ਹੀ ਉਹਨੇ ਕੀ ਕੀਤਾ ਹੋਇਆ ਹੈ ਵੀ ਪੇਪਰ ਨੂੰ ਬੇਟਾ ਪੇਪਰ ਨੂੰ ਕੱਟ ਲਿਆ ਪੇਪਰ ਨੂੰ ਫੋਲਡ ਕੀਤਾ ਫੋਲਡ ਕਰਕੇ ਫਿਰ ਪਹਿਲਾਂ ਇਸ ਤਰ੍ਹਾਂ ਫੋਲਡ ਕੀਤਾ ਫਿਰ ਬੇਟਾ ਇੱਥੋਂ ਇਧਰ ਨੂੰ ਫੋਲਡ ਕਰ ਦਿੱਤਾ ਠੀਕ ਹੈ ਜਿਵੇਂ ਉਹ ਕਹਿੰਦਾ ਉਵੇਂ ਹੀ ਫੋਲਡ ਦੇਣੇ ਆ ਤਾਂ ਫਿਰ ਬੇਟਾ ਉਹਦੇ ਵਿੱਚ ਇੱਕ ਜਗ੍ਹਾ ਤੇ ਉਹਨੇ ਆਹਾਂ ਪੰਜ ਕਰਕੇ ਮੋਰੀ ਕਰ ਦਿੱਤੀ ਤਾਂ ਆਹ ਦੇਖੋ ਬੇਟਾ ਆ ਬਿਲਕੁਲ ਉਸੇ ਤਰ੍ਹਾਂ ਹੀ ਕੱਟ ਕੇ ਕੀਤਾ ਹੋਇਆ ਮੋਰੀ ਕੀਤੀ ਕਹਿੰਦਾ ਇਹਨੂੰ ਪੇਪਰ ਨੂੰ ਖੋਲਾਂਗੇ ਤਾਂ ਇਹ ਕਿਸ ਤਰ੍ਹਾਂ ਦਾ ਲੱਗੂਗਾ ਗੋਲ ਕਟਿਆ ਹੋਇਆ ਬੇਟਾ ਤਾਂ ਇਸ ਤਰ੍ਹਾਂ ਕਰਕੇ ਆ ਦੇਖੋ ਆ ਚੀਜ਼ ਬਣ ਜਾਣੀ ਆ ਤਾਂ ਇਸ ਤਰ੍ਹਾਂ ਬੇਟਾ ਆ ਚਾਰ ਮੂਰੀਆਂ ਵਾਲਾ ਗੋਲ ਪੇਪਰ ਹੈ ਜਿਹੜਾ ਬਣ ਜਾਣਾ ਆਪਾਂ ਇੱਥੇ ਦੇਖਦੇ ਆ ਕਿਹੜਾ ਬਣਦਾ ਪਿਆ ਆ ਦੇਖੋ ਬੇਟਾ ਗੁਲਾਈਆਂ ਵਾਲਾ ਆ ਚਾਰ ਮੂਰੀਆਂ ਵਾਲਾ ਗੋਲ ਪੇਪਰ ਬਣਦਾ ਪਿਆ ਤਿੰਨ ਨੰਬਰ ਆਲਟਰਨੇਟਿਵ ਆਨਸਰ ਹੈ ਜਿਹੜਾ ਉਹ ਸਾਡਾ ਰਾਈਟ ਆਨਸਰ ਆਉਂਦਾ ਪਿਆ ਇਸ ਕਰਕੇ ਤਿੰਨ ਨੰਬਰ ਆਨਸਰ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਤੁਸੀਂ ਇਹਦਾ ਅਭਿਆਸ ਪੇਪਰ ਕੱਟ ਕੇ ਜ਼ਰੂਰ ਕਰ ਲੈਣਾ ਆਈਡੀਆ ਲਗਾਉਣਾ ਵੀ ਕਿਵੇਂ ਚੱਲਦੀ ਪਈ ਆ ਗੇਮ ਸਾਰੀ ਦੀ ਸਾਰੀ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਆ ਗਏ ਇਸੇ ਦੇ ਸਵਾਲ ਨੰਬਰ 29 ਦੇ ਉੱਤੇ ਸਵਾਲ ਨੰਬਰ 29 ਨੂੰ ਬੇਟਾ ਧਿਆਨ ਦੇ ਨਾਲ ਆਬਜ਼ਰਵ ਕਰੋ ਤਾਂ ਇੱਕ ਚੱਕਰ ਆ ਬੇਟਾ ਚੱਕਰ ਨੂੰ ਪਹਿਲਾਂ ਉਹਨੇ ਉੱਪਰੋਂ ਥੱਲੇ ਨੂੰ ਇੱਥੋਂ ਐ ਨੂੰ ਫੋਲਡ ਕੀਤਾ ਆ ਬੇਟਾ ਚੱਕਰ पे ਪੜਾਇਆ ਸੀ ਇੱਥੋਂ ਥੱਲੇ ਨੂੰ ਫੋਲਡ ਕਰ ਲਿਆ ਥੱਲੇ ਨੂੰ ਫੋਲਡ ਕਰਕੇ ਫੇਰ ਇਹ ਕਹਿੰਦਾ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਓ ਕਰ ਲਿਆ ਬੇਟਾ ਤਾਂ ਫੇਰ ਆ ਦੇਖੋ ਆ ਦੱਸਿਆ ਹੋਇਆ ਤਾਂ ਇਹਦੇ ਵਿੱਚ ਬੇਟਾ ਇਸੇ ਤਰ੍ਹਾਂ ਹੀ ਅਸੀਂ ਕੱਟ ਲਿਆ ਇਹਨੂੰ ਠੀਕ ਹੈ ਬੇਟਾ ਤੇ ਜਦੋਂ ਇਸੇ ਤਰ੍ਹਾਂ ਆ ਦੇਖੋ ਆ ਤੇ ਆਹ ਰਲਦੇ ਪਏ ਨਾ ਆਪਸ ਦੇ ਵਿੱਚ ਕੱਟ ਲਿਆ ਫੇਰ ਉਹ ਕਹਿੰਦਾ ਜਦੋਂ ਆ ਪੇਪਰ ਨੂੰ ਖੋਲਾਂਗੇ ਤਾਂ ਖੋਲ ਕੇ ਦੇਖੋ ਇਹ ਪੇਪਰ ਕਿੱਦਾਂ ਦਾ ਬਣਦਾ ਪਿਆ ਆ ਦੇਖੋ ਬੇਟਾ ਇਹ ਇਦਾਂ ਦਾ ਪੇਪਰ ਜਿਹੜਾ ਬਣਦਾ ਪਿਆ ਤਾਂ ਇੱਕ ਨੰਬਰ ਆਲਟਰਨੇਟਿਵ ਆਨਸਰ ਦੇ ਨਾਲ ਬਿਲਕੁਲ ਰਲਦਾ ਮਿਲਦਾ ਹੈਗਾ ਠੀਕ ਹੈ ਇਸ ਕਰਕੇ ਇੱਕ ਨੰਬਰ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆ ਗਿਆ ਐਸਏ ਸੈੱਟ ਦਾ ਲਾਸਟ ਸਵਾਲ 30 ਨੰਬਰ ਸਵਾਲ ਇਹ ਵੀ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਪੇਪਰ ਨੂੰ ਫੋਲਡ ਦਿੱਤਾ ਹੋਇਆ ਬੇਟਾ ਪੇਪਰ ਨੂੰ ਫੋਲਡ ਉਸੇ ਤਰ੍ਹਾਂ ਹੀ ਆਪਾਂ ਬੇਟਾ ਪੇਪਰ ਨੂੰ ਫੋਲਡ ਦੇ ਹੀ ਚੱਲਾਂਗੇ ਠੀਕ ਹੈ ਪਹਿਲਾਂ ਥੱਲਿਓਂ ਉੱਪਰ ਨੂੰ ਫੋਲਡ ਦਿੱਤਾ ਠੀਕ ਹੈ ਬੇਟਾ ਆ ਲਓ ਬੇਟਾ ਇਸੇ ਤਰ੍ਹਾਂ ਪੇਪਰ ਨੂੰ ਫੋਲਡ ਦਿੱਤਾ ਫੇਰ ਇਧਰਲੇ ਪਾਸਿਓਂ ਬੇਟਾ ਐਨ ਨੂੰ ਫੋਲਡ ਦਿੱਤਾ ਆ ਦੇਖੋ ਆ ਦੱਸਿਆ ਹੋਇਆ ਠੀਕ ਹੈ ਫੇਰ ਬੇਟਾ ਉੱਪਰੋਂ ਥੱਲੇ ਨੂੰ ਫੋਲਡ ਦਿੱਤਾ ਇਹਨੇ ਠੀਕ ਹੈ ਬੇਟਾ ਤਾਂ ਉੱਪਰੋਂ ਥੱਲੇ ਨੂੰ ਫੋਲਡ ਦੇ ਕੇ ਇੱਕ ਕੱਟ ਆ ਲਾਤਾ ਤੇ ਕਾ ਆਪ ਦੇਖੋ ਬੇਟਾ ਦੋ ਕੱਟ ਲਾਏ ਹੋਏ ਆ ਠੀਕ ਹੈ ਕੱਟ ਲਾਏ ਹੋਏ ਇਹਨੂੰ ਵੀ ਕੱਟ ਲਾ ਲੇ ਕਹਿੰਦਾ ਹੁਣ ਇਹ ਦੱਸੋ ਵੀ ਇਹ ਖੋਲ ਕੇ ਪੇਪਰ ਕਿਵੇਂ ਦਾ ਲੱਗੂਗਾ ਤੇ ਜਦੋਂ ਆਪਾਂ ਬੇਟਾ ਪੇਪਰ ਖੋਲਦੇ ਆਂ ਪੇਪਰ ਖੋਲ ਕੇ ਦੇਖਦੇ ਆਂ ਤੇ ਆਹ ਦੇਖੋ ਬੇਟਾ ਬਿਲਕੁਲ ਉਸੇ ਤਰ੍ਹਾਂ ਹੀ ਆ ਦੋ ਕਟ ਇਧਰੋਂ ਐ ਨੂੰ ਦੋ ਇਧਰੋਂ ਐ ਨੂੰ ਦੋ ਕਟ ਇਧਰੋਂ ਐ ਨੂੰ ਆਉਂਦੇ ਪਏ ਐ ਤੇ ਜਦੋਂ ਇੱਕ ਨੰਬਰ ਆਲਟਰਨੇਟਿਵ ਆਨਸਰ ਨੂੰ ਅਸੀਂ ਧਿਆਨ ਨਾਲ ਦੇਖਦੇ ਆਂ ਐਸ ਪੇਪਰ ਦੀਆਂ ਨਿਸ਼ਾਨੀਆਂ ਦੇ ਨਾਲ ਤਾਂ ਇਹ ਬਿਲਕੁਲ ਇਹਦੇ ਵਰਗੀ ਕਟਿੰਗ ਹੈ ਜਿਹੜੀ ਬਣਦੀ ਪਈ ਐਸ ਕਰਕੇ ਇੱਕ ਨੰਬਰ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਇਹ ਸਿਗਾ 7ਵੇਂ ਹਿੱਸੇ ਦਾ 7ਵੇਂ ਸੈੱਟ ਦੇ 5 ਸਵਾਲ 26 ਤੋਂ ਲੈ ਕੇ 30 ਤੱਕ ਸਵਾਲ ਇਹਦੇ ਨਾਲ ਹੀ ਇਹ ਸੈੱਟ ਹੈ ਜਿਹੜਾ ਕੰਪਲੀਟ ਹੋ ਗਿਆ ਅਗਲਾ ਸੈੱਟ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸੋ ਬੇਟਾ ਇਹ ਵੀਡੀਓ ਦੇਖ ਕੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ